ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਵੈਲਕਮ ਬੈਕ ਟੂ ਆਰ YouTube ਚੈਨਲ ਗੁਰਸੀਰਤ ਦੀ ਫਤਿਹ ਫੈਮ। ਫਰੈਂਡਸ, ਅੱਜ ਸਾਡਾ ਰਿਜ਼ਲਟ ਡੇ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਵੀ ਹਾਂ ਅਤੇ ਇੱਕ ਸਾਈਡ 'ਤੇ ਮੈਨੂੰ ਬਹੁਤ ਜ਼ਿਆਦਾ ਨਰਵਸਨੈਸ ਵੀ ਹੁੰਦੀ ਹੈ ਅਤੇ ਆਲਮੋਸਟ ਸਭ ਨੂੰ ਹੀ ਹੁੰਦੀ ਹੈ, ਭਾਵੇਂ ਤੁਸੀਂ ਇਗਜ਼ਾਮ ਦੇ ਵਿੱਚ ਆਪਣਾ ਬੈਸਟ ਤੁਹਾਡਾ ਦਿੱਤਾ ਹੋਵੇ, ਬਟ ਸਟਿਲ ਨਰਵਸਨੈਸ ਤਾਂ ਸਭ ਨੂੰ ਹੀ ਹੁੰਦੀ ਹੈ ਕੀ ਬਣੇਗਾ, ਕਿਵੇਂ ਦੇ ਮਾਰਕਸ ਆਉਣਗੇ, ਕਿੰਨੀ ਪਰਸੈਂਟੇਜ ਆਏਗੀ। ਬਟ ਮੈਂ ਤਾਂ ਆਪਣਾ ਸੱਚੀ ਆਪਣਾ ਬੈਸਟ ਦਿੱਤਾ ਸੀ ਇਸ ਵਾਰ ਇਗਜ਼ਾਮ ਦੇ ਵਿੱਚ। ਤਾਂ ਚੀਕੂ, ਤੂੰ ਨਾ 2 ਮਿੰਟ ਠਹਿਰ ਜਾ ਕਰ, ਜਿਸ ਕਮਰੇ 'ਚ ਮੈਂ ਵੜਨੀ ਹੈ ਉੱਧਰ ਇਹਨੂੰ ਆ ਕਰਾ ਲੈਂਦੀ, ਮੈਨੂੰ ਗੋਡੀ 'ਚ ਬਿਠਾਓ। ਸੋ ਫਰੈਂਡਸ, ਹੁਣ ਅਸੀਂ ਤੁਹਾਨੂੰ ਆਪਣੇ ਪੂਰੇ ਰਿਜ਼ਲਟ ਦੇ ਤੁਹਾਨੂੰ ਡਿਟੇਲ ਅਸੀਂ ਇਸ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ। ਬਾਕੀ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ, ਰੈਡੀ ਹੋ ਕੇ ਥੋੜ੍ਹਾ ਜਿਹਾ ਮੋਇਸਚਰਾਈਜ਼ਰ ਲਾ ਲਿਆ ਫਤਿਹ ਫੇਸ 'ਤੇ। ਫਰੈਂਡਸ, ਹੁਣ ਅਸੀਂ ਸਾਰੇ ਹੋ ਗਏ ਹਾਂ ਰੈਡੀ ਪੀਟੀਐਮ 'ਤੇ ਜਾਣ ਵਾਸਤੇ ਐਮਿਕ ਰਿਜ਼ਲਟ 'ਤੇ। ਡਰ ਲੱਗਦਾ ਆਰਾਮ ਜਾ ਕੇ। ਚਲੋ ਜੀ, ਤੁਸੀਂ 10 ਵਜੇ ਕਿਹਾ, 10:15 ਹੋ ਗਏ ਨੇ। ਫਤਿਹ ਛੇਤੀ ਆ ਜਾ, ਬਸ ਡਰੈਸ ਸਿਰਫ 3 ਵਜੇ ਦਾ। ਚਲੋ ਚਲੋ, ਬੜਾ ਜਲਦੀ ਕਰੋ, ਚੰਗੀ ਤਰ੍ਹਾਂ ਲਾ ਲਓ ਸਿਰ 'ਤੇ, ਇਹਨੂੰ ਛੱਡ ਦੇ ਦੇ ਇਹਦੇ ਹੋਮ 'ਚ ਵਾੜੇ ਨੂੰ। ਤਾਂ ਚੀਕੂ, ਨਾ ਬਾਈ, ਸਿਆਣਾ ਬੰਦਾ ਹੈ, ਗਿਰਿਆ ਹੀ ਹੋਇਆ ਹੈ, ਸਕੂਲ ਪਹੁੰਚ ਗਏ ਆਪਾਂ। ਸੋ ਅੱਜ ਪਤੇ ਨੇ ਬ੍ਰੇਕਫਾਸਟ ਕੀਤਾ ਨੀ, ਮਿਲੇਨੀਅਮ ਅਚੀਵਮੈਂਟ ਦੇ ਅੱਜ ਰਿਜ਼ਲਟ, ਸਾਰੀ ਕਲਾਸਿਸ ਦਾ ਨਾ, 10th ਅਤੇ 12th ਨੂੰ ਛੱਡ ਗਏ ਹੈ ਨਾ। ਚਲੋ ਚੱਲਦੇ ਅੰਦਰ, ਅਤੇ ਇਹਦੀ ਕਲਾਸ 4th B। ਹਾਂ ਦਿਸ, ਹਾਂ ਸਭ ਤੋਂ ਪਹਿਲਾਂ ਰਿਜ਼ਲਟ ਵੇਖਦੇ ਆਪਾਂ। ਗੁਰਫਤਿਹ ਸਿੰਘ ਚੀਮਾ, ਨਹੀਂ ਵੀ ਨਰਵਸਨੈਸ ਤਾਂ ਹੁੰਦੀ ਹੈ, ਨਰਵਸਨੈਸ ਡੈਫੀਨੇਟਲੀ ਹੁੰਦੀ ਰਿਜ਼ਲਟ ਦੀ, ਹੁੰਦਾ ਹੀ ਹੈ। ਗੁੱਡ ਮੋਰਨਿੰਗ ਮੈਮ, ਠੀਕ ਹੋ ਮੈਮ? ਹਾਂਜੀ, ਗੁਰਫਤਿਹ ਦੇ ਹੈੱਡ ਮੈਮ, ਹਾਏ, ਕੈਸੇ ਹੋ? ਹਾਂ, ਵੈਰੀ ਗੁੱਡ। ਅਤੇ ਇਹਦੀਆਂ 5th ਕਲਾਸ ਦੀਆਂ ਬੁੱਕਸ ਵੀ ਆ ਗਈਆਂ ਨੇ, ਸੋ ਇੱਥੇ ਮਿਲਣਗੀਆਂ ਹੈ ਨਾ ਸਿਰ ਕਲਾਸ ਰੂਮ ਵਿੱਚ ਹੀ। ਗੁਰਫਤਿਹ ਸਿੰਘ, ਪਿਟਾਰਾ ਖੋਲ੍ਹੋ ਆਪਣਾ, ਬਹੁਤ ਵਧੀਆ ਰਿਜ਼ਲਟ ਹੈ ਗੁਰਫਤਿਹ, ਐਕਸੀਲੈਂਟ, ਗੁੱਡ ਜੋਬ। ਫਤਿਹ ਦਾ ਇੰਟਰਸਟ ਵੈਰੀ ਗੁੱਡ, ਫਤਿਹ ਕਮਾਲ ਹੈ, ਬੜੀ ਮਿਹਨਤ। ਓਹੋ, ਫਤਿਹ ਮੈਨੂੰ ਤਾਂ ਉਮੀਦ ਨਹੀਂ ਪਤਾ ਇੰਨੀ ਤਰੀਫ ਹੋਏਗੀ ਤੇਰੀ ਬਾਈ, ਮੈਮ ਨੇ ਬੜੀ ਤਰੀਫ ਕਰਤੀ। ਪਰ ਇੱਕ ਦਾਦੀ ਨੇ ਆਣਾ ਸੀ ਤੇਰਾ ਰਿਜ਼ਲਟ ਸੁਣਨ ਵਾਸਤੇ, ਕਹਿੰਦੇ ਅਸੀਂ ਜਾਣਾ ਹੈ, ਤੁਸੀਂ ਝੂਠ ਬੋਲਦੇ।
Excellent. Proud of you, my son. Proud of you. ਫਤਿਹ ਪ੍ਰਮੋਟ ਹੋ ਗਿਆ ਜੀ ਕਲਾਸ 5th ਲਈ। ਮੈਮ ਨੇ ਬੜੀ ਪ੍ਰੇਜ਼ ਕੀਤੀ ਹੈ ਨਾ, ਚੌਕੀ ਤਾਰੀਫ ਕੀਤੀ। ਹੁਣ ਵੇਹਨੇ ਸੀਰਤ ਦਾ, ਮੈਮ ਪੁੱਛਦੇ ਹੁਣ ਸੀਰਤ ਤੇਰਾ ਕੀ ਬਣਿਆ। ਹੁਣ ਆਪਾਂ ਚੱਲਾਂਗੇ ਸੀਰਤ ਦੇ ਕਲਾਸ 'ਚ ਅਤੇ ਵੇਖਦੇ ਹਾਂ ਬਈ ਕਿੱਦਾਂ ਦਾ ਰਿਜ਼ਲਟ ਹੈ। ਫਤਿਹ ਨੇ ਤਾਂ ਕੜਾਕੇ ਕੱਢੇ ਨੇ ਬਈ, ਮੈਮ ਨੇ ਚੌਕੀ ਤਾਰੀਫ ਕਰਤੀ ਸੀਰਤ। ਇੰਨੀ ਮੈਨੂੰ ਉਮੀਦ ਨਹੀਂ ਸੀ। ਕੰਗਰੈਚੁਲੇਸ਼ਨ ਗੁਰਫਤਿਹ ਸਿੰਘ ਚੀਮਾ ਬੇਟੇ, ਚੋਪਰ ਬ੍ਰਦਰ, ਚੋਪਰ ਚੋਪਰ ਮਿਸਟਰ ਚੋਪਰ। ਚਲੋ ਮਿਸਟਰ ਚੋਪਰ, ਹੁਣ ਫਤਿਹ ਦੀ ਅਤੇ ਟੈਨਸ਼ਨ ਟੁਨਸ਼ਨ ਹੋ ਗਈ ਖਤਮ, ਅਤੇ ਹੁਣ ਵੇਖਦੇ ਹਾਂ ਵੀ ਦੀ ਬੜੀ ਤਾਰੀਫ, ਚੌਕੀ ਤਾਰੀਫ ਹੋ ਗਈ ਏ, ਇੰਨੀ ਤਾਰੀਫ ਤਾਂ ਮੈਂ ਕਹਿੰਦਾ ਵੀ ਬਾਲੀ ਚੌਕੀ ਹੋ ਗਈ। ਨਹੀਂ ਹੁਣ ਅਗਲੀ ਵਾਰ ਫਤਿਹ ਨੇ ਟੋਪ ਹੀ ਕਰ ਦੇਣਾ। ਫਿਫਥ ਵਿੱਚ ਲੋਕਡਾਊਨ ਹੋ ਗਿਆ ਸੀ। ਅੱਛਾ, ਚਲੋ ਨੈਕਸਟ ਟਾਈਮ ਫਤਿਹ ਨੇ ਟੋਪ ਹੀ ਕਰਨਾ। ਹੁਣ ਆ ਜਾਓ ਫਟਾਫਟ। ਚਲੋ ਸੀਤ ਬੇਟਾ ਚਲੋ, ਸ਼ਾਬਾਸ਼ ਅੱਗੇ ਲੱਗੋ ਅੱਗੇ। ਵੈਰੀ ਗੁੱਡ, ਆਪਣੀ ਕਲਾਸ ਲਈ ਤੁਸੀਂ ਸਾਨੂੰ ਲੈ ਕੇ ਜਾਣਾ। ਹਾਂਜੀ, ਬੈਠੇ ਹੋਏ ਨੇ ਪਹਿਲੇ, ਸਮਾਈਲ ਕਰ ਰਹੇ ਨੇ ਮੈਮ। ਫਤਿਹ ਤੇਰਾ ਬੇਲੀ ਬਿੱਠੀ, ਖੁਸ਼ ਹੋ ਗਈ ਸੀਰਤ। ਮੈਂ ਸੀਰਤ ਸੀਰਤ ਨੂੰ ਸਰਟੀਫਿਕੇਟ। ਹਾਂਜੀ, ਮੇਰਾ ਜੋ ਸਮਾਨ ਜ਼ਿਆਦਾ ਸੀ ਇਹਦਾ ਘੱਟ। ਮੈਨੂੰ ਸੀਰਤ ਨੂੰ ਸਰਟੀਫਿਕੇਟ ਵੀ ਮਿਲਿਆ ਅਤੇ ਰਿਜ਼ਲਟ ਜਲ ਪਤਾ ਨਹੀਂ। ਹਾਂਜੀ ਮੈਮ, ਨਹੀਂ ਜੀ ਮੈਮ, ਮਿਡ ਡੇ ਮੀਲ ਲਈ। ਗੁਰਸੀਰ ਕੌਰ ਕੀ ਹੈ, ਥਰਡ ਪੋਜੀਸ਼ਨ ਟੋਨ ਮੇਕਿੰਗ ਵਿੱਚ, ਸੈਕਿੰਡ ਪੋਜੀਸ਼ਨ ਆਈ ਇਹਦੇ 'ਚ, ਇਹਦੇ 'ਚ ਆਈਏ ਫਸਟ ਪੋਜੀਸ਼ਨ ਵਿੱਚ। ਅੱਛਾ, ਇੰਟਰ ਹਾਊਸ ਗਰੁੱਪ ਡਾਂਸ ਕੰਪੀਟੀਸ਼ਨ ਫਸਟ ਪੋਜੀਸ਼ਨ ਹੈ ਸੀਰਤ ਦੀ। ਰਿਜ਼ਲਟ ਸੀਰਤ ਦਾ ਬਹੁਤ ਵਧੀਆ, ਥੋੜ੍ਹਾ ਜਿਹਾ ਫਰਕ ਹੈਗਾ। ਨਿਊ ਕਲਾਸ ਟੀਚਰ ਨੇ ਸੀਰਤ ਦੇ, ਰੀਆ ਮੈਮ, ਨਿਊ ਟੀਚਰ, ਸਭੀ ਨਿਊ ਟੀਚਰ, ਕੋਈ ਪੁਰਾਣੀ ਟੀਚਰ ਨਹੀਂ ਹੈ। 6 ਟੂ 8 ਓਵਰ 9 ਟੂ 12 ਵਾਲੀ ਟੀਚਰ ਚਲੇ ਗਏ। ਹੁਣ ਅਪਗ੍ਰੇਡ ਹੋ ਗਿਆ ਸਾਰਾ ਸਿਸਟਮ, ਖਤਰਾ ਵੱਧ ਗਿਆ ਥੋੜਾ ਜਿਹਾ। ਕੋਈ ਵੀ ਪ੍ਰੋਬਲਮ, ਕੋਈ ਵੀ ਇਸ਼ੂ ਡਾਇਰੈਕਟਲੀ ਕੰਪਲੀਟ ਹੋ ਗਿਆ। ਅਰਜਾ ਸਰੀ ਤੇ ਇੱਕ ਮਰੀ ਵੀ ਆ ਗਏ ਨੇ, ਲੇਟ ਹੋ ਗਏ ਹੋ। ਸਤਿ ਸ਼੍ਰੀ ਅਕਾਲ ਪੁੱਤਰ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਆਓ ਜੀ, ਗੁਰੀ ਵੀ ਆਈਏ। ਹੈਲੋ ਗੁਰੀ, ਸੇ ਹੈਲੋ ਇੱਧਰ ਆ। ਕਿਹੜਾ 80? ਨਹੀਂ ਨਹੀਂ 80 ਕੁਛ ਨਹੀਂ, 80 ਪੁਆਇੰਟ ਕੁਛ। ਕਿੰਨੇ ਜ਼ਿਆਦਾ ਆਉਣੇ ਜੀ? 90 ਆਉਣੇ ਸੀ। ਤੁਸੀਂ ਰੀਚੈੱਕ ਕਰਵਾ ਸਕਦੇ, ਤੈਨੂੰ ਡਾਊਟ ਹੈ ਤੇ ਫਤਿਹ ਤੇਰਾ ਫਤਿਹ ਦਾ ਫਰੈਂਡ ਆ ਗਿਆ ਜੀ ਭਾਈ, ਪੱਗਾ ਸਾਹਿਬ। ਹਾਂਜੀ ਪੱਗਾ ਸਾਹਿਬ, ਕਿਆ ਹਾਲ ਚਾਲ ਹੈ, ਠੀਕ ਹੋ? ਓਕੇ, ਰਿਪੋਰਟ ਹੈ, ਕੈਸਾ ਆਇਆ ਰਿਜ਼ਲਟ ਆਪਕਾ? ਅੱਛਾ ਆਇਆ ਨਾ, ਚਲੋ ਬੜੀਆ, ਪ੍ਰਮੋਟ ਹੋ ਗਏ ਹੋ, ਕੰਗਰੈਚੁਲੇਸ਼ਨ, 5th ਕਲਾਸ ਮੈਂ ਪ੍ਰਮੋਟ ਹੋ ਗਏ। ਔਰ ਮੈਮ ਨੇ ਬੋਲਾ ਵੀ ਜ਼ਿਆਦਾ ਸ਼ਰਾਰਤੇ ਨਹੀਂ ਕਰਨੀ, ਠੀਕ ਹੈ ਨਾ, ਖੱਪਣੀ ਡਾਲਨੀ ਕਲਾਸ ਮੈਂ ਪਿਆਰ ਸੇ। ਅਬ ਬੜੀ ਕਲਾਸ ਮੈਂ ਹੋ ਗਏ, ਬੜੇ ਹੋ ਗਏ ਤੁਮ ਲੋਕ, ਅਭੀ ਛੋਟੇ ਛੋਟੇ ਬੱਚੇ ਨਹੀਂ ਰਹੇ, ਠੀਕ ਹੈ।
ਆ ਤਿੰਨੇ ਪਤਾ ਨਹੀਂ ਕੀ ਸਲਾਹਾਂ ਕਰਨ ਡੇ ਨੇ, ਇਹਨਾਂ ਦਾ ਗਰੁੱਪ ਹੈ। ਕੀ ਸਲਾਹ ਕਰਦੇ ਪਿਓ, ਕਿਆ ਪਲਾਨ ਬਣਾ ਰਹੇ ਹੋ? ਕੁਛ ਤਾਂ ਬਣਾ ਰਹੇ ਹੋ, ਚੱਲ ਰਿਹਾ ਕੁਛ ਨਾ ਕੁਛ, ਪਲਾਨ ਨਹੀਂ ਬਣਾ ਰਹੇ, ਸਟ੍ਰੈਟਜੀ ਬਣਾ ਰਹੇ ਹੋ ਕਿ ਅਗਲੀ ਕਲਾਸ ਮੈਂ ਕੈਸੇ ਪੜ੍ਹਨਾ, ਅਭੀ ਸ਼ਰਾਰਤੇ ਖਤਮ ਹੋ ਜਾਏਗੀ। ਆਪਕੋ ਪਤਾ ਨਾ ਕੌਣ ਮੈਮ ਆਪਕੇ ਇੰਚਾਰਜ ਕੌਣ ਹੈ? ਹਾਂ ਗਜ਼ਲ ਮੈਮ ਕਾ ਖੋਬ ਹੈ ਪੂਰਾ ਸਕੂਲ ਮੇ, ਸਾਰੇ ਕੰਮ ਦੇ ਨੇ ਸੀਤ ਗਜ਼ਲ ਮੈਮ ਤੋਂ, ਹੈਂ ਪੂਰਾ ਖਤਰਾ, ਡਾਣਗੇ ਪਤੇ ਮੈਂ ਗਜ਼ਲ ਮੈਮ ਮੋਰ ਬਣਾਉਣਗੇ ਤੁਹਾਡੇ, ਤੁਹਾਡਾ ਕਲੈਰੀ ਮੋਰ ਬਣਾਉਣਾ ਮੈਮ ਨੇ। ਸਹੀ ਸਹੀ ਆ ਰਿਹਾ ਸਾਈਜ਼ ਪੂਰਾ, ਇਹ ਸ਼ੋਲਡਰ ਥੋੜ੍ਹੇ ਜਿਹੇ ਡਾਊਨ ਨੇ, ਵੈਸੇ ਪਰਫੈਕਟ ਹੈ। ਸੀਰਤ ਨੂੰ ਟਰਾਈ ਕਰ ਲਿਆਉਂਦੀ ਹੁੰਦੀ? ਸੀਰਤ ਪੂਰੀ ਖੁਸ਼ ਸੀ, ਵਧੀਆ ਰਿਜ਼ਲਟ ਆਈ, ਥੋੜ੍ਹਾ ਜਿਹਾ ਹੋਰ ਵਧੀਆ ਹੋ ਸਕਦਾ ਸੀ ਹੈ ਨਾ ਸੀਰਤ, ਲਿਟਲ ਮੈਂ ਤਾਂ ਸੈਟਿਸਫਾਈਡ ਨਹੀਂ ਹਾਂ, ਸੀਰਤ ਵੀ ਥੋੜ੍ਹੇ ਘੱਟ ਸਕੋਰ ਹੈ, ਬਾਕੀ ਵਧੀਆ ਬੜਾ ਵਧੀਆ ਵੀ ਆ ਗਈ। ਸ਼ੇਰ ਕਿੱਦਾਂ ਫਿਰ, ਵਧੀਆ ਰਿਜ਼ਲਟ ਠੀਕ ਆਇਆ, ਓਕੇ ਰਿਪੋਰਟ? ਅੱਛਾ ਵੈਰੀ ਗੁੱਡ, ਗੁਰਨਾਜ ਵੀ ਤਿੜਿਆ ਫਿਰਦਾ ਫਤਿਹ ਫਤਿਹ, ਗੁਰਨਾਜ ਵੀ ਤਿੜਿਆ ਫਿਰਦਾ ਜੀ ਪੂਰਾ, ਟਾਈ ਕਰੀਦੇ ਨੇ। ਅਬ ਰਿਜ਼ਲਟ ਬੜੀ ਆਉਣੇ ਕੀ ਖੁਸ਼ੀ ਮੈਂ, ਫੋਟੋ ਸੈਸ਼ਨ ਹੋ ਰਿਹਾ, ਸਕੂਲ ਡਰੈਸ ਵੀ ਲੈ ਲਈਆਂ ਨੇ, ਫਤਿਹ ਦੀਆਂ ਬੁੱਕਸ ਵੀ ਆ ਗਈਆਂ ਨੇ, ਸੀਰਤ ਦੀਆਂ ਆਲਰੇਡੀ ਬੁੱਕਸ ਆ ਗਈਆਂ ਨੇ, ਅਤੇ ਡਰੈਸ ਵੀ ਲੈ ਲਈਆਂ ਨੇ। ਸ਼ਾਬਾਸ਼ ਸ਼ਾਬਾਸ਼, ਚੱਲ ਨਹੀਂ ਬੋਲ, ਲੱਤਾਂ ਉੱਤੇ ਕਰੋ ਨਾ ਬੇਟਾ, ਉੱਤੇ ਚੁੱਕ ਲੈ, ਇਕੱਠੀਆਂ ਕਰ ਲੈ, ਹਾਂ ਵੈਰੀ ਗੁੱਡ, ਚੱਲ ਚੱਲ ਸ਼ਾਬਾਸ਼, ਸਾਰਾ ਕਰੋਸ ਕਰਨਾ ਸਾਰਾ ਪੈਰ, ਇਹ ਕੀ ਗੱਲ, ਚਲੋ ਹਾਈਟ ਨਹੀਂ ਤਾਂ ਉਹ ਲੈਗਸ ਫੋਲਡ ਹੋ ਜਾਂਦੀਆਂ ਨੇ ਬੇਟਾ, ਚੱਲ ਫੋਟੋ ਖਿਚਾ ਤੂੰ ਨਾਲ, ਖੁਸ਼ਬੂ ਇੱਥੇ ਢਾਬੇ ਨੇ ਖੁਸ਼ਬੂ ਜਾਂਦੀ, ਆਵੇ ਵੋਟੇ ਤਾਓ ਦੇ ਨਾਲ, ਉਹ ਵੋਟਾ ਤਾਓ ਤਾਓ ਵੋਟ ਆਰਾਮ ਦੀ, ਕੀ ਕਰਨਾ ਬਾਸਕਿਨ ਰੋਬਸ ਪਹਿਲਾਂ ਜੋ ਕੁਛ ਕਰ, ਮੈਂ ਤੈਨੂੰ ਕੁਛ ਗਰਮੀ ਦੇ ਤੇਰੀ ਮੈਂ ਦੂਰ ਕਰਦਾ ਹਾਂ, ਹੈਂ ਕੀ ਕਰਨਾ, ਉਹ ਐਵੇਂ ਫਤਿਹ ਆ ਤੇ ਅਬ ਇਨਕੇ ਅੱਛੇ ਨੰਬਰ ਆਨੇ ਕੀ ਖੁਸ਼ੀ ਮੈਂ ਟ੍ਰੀਟ ਦੀ ਜਾਏਗੀ ਬੱਚੋਂ ਕੋ, ਭੁੱਖ ਇਹਨਾਂ ਨੇ ਸਵੇਰੇ ਵਿਚਾਰਿਆਂ ਡਰਦੇ ਮਾਰੇ ਬ੍ਰੇਕਫਾਸਟ ਹੀ, ਨਾ ਸੀਰਤ ਨੇ ਨਾ ਫਤਿਹ ਨੇ, ਬਟ ਫਤਿਹ ਰਿਕਾਰਡ ਤੋੜਤਾ ਦੋਵਾਂ ਨੇ ਬਈ, ਨਹੀਂ ਸੀਰਤ ਦੇ ਚੱਲ ਵਧੀਆ ਆਉਂਦੇ ਹੁੰਦੇ ਨੇ, ਫਤਿਹ ਦੀ ਵਧੀਆ ਆਉਂਦੇ ਨੇ, ਪਰ ਫਤਿਹ ਦੀ ਜੋ ਤਰੀਫ ਵਧੇ ਤਾਂ ਦੇਖੋ, ਜੋ ਤਰੀ ਇਹ ਦੇਖੋ ਇਸ ਚਿਹਰਾ, ਜਾਣਦੇ ਹੋ ਇਸ ਆਦਮੀ ਕੋ, ਜੋ ਇਹਨੇ ਕਮਾਲ ਕੀਤੀ ਬਈ, ਬੜੀ ਤਰੀਫ ਕੀਤੀ ਮੈਮ ਨੇ, ਚਲੋ ਡੋਸਾ ਪਲਾਜ਼ਾ ਦੇ ਖਾਣਾ, ਕੀ ਕਰਨਾ ਕਹਿੰਦਾ ਮੰਮਾ, ਕਹਿੰਦੀ ਡੇਲੀ ਫੋਟੋਆਂ ਪਾਉ ਕਰਾਂਗੀ ਤੁਹਾਡੀਆਂ, ਕਹਿੰਦਾ ਫਿਰ ਡੇਲੀ ਐਵੇਂ ਦਾ ਖਾਣਾ ਹੀ ਪੈਣਾ ਕਰਾਂ ਜੀ ਫੋਟੋ, ਬੜਾ ਖਰਾਬ ਹੈ ਫਤਿਹ ਯਾਰ, ਫਤਿਹ ਕੀ ਕਰਨਾ ਪਿਆ, ਵੈਜੀਟੇਬਲ, ਅੱਛਾ ਅਤੇ ਸੈਲਡ ਵੀ ਚੁੱਕਾ ਤੋਂ ਕੱਢਣ ਜਾਂਦੇ, ਡੋਸਾ ਪਲਾਜ਼ਾ, ਡੋਸਾ ਪਲਾਜ਼ਾ ਫਰਕ ਹੁੰਦਾ ਬਾਈ, ਐਵੇਂ ਹੁੰਦਾ, ਖਾਓ ਖਾਓ ਖਾਓ, ਛਕੋ ਤੁਸੀਂ, ਮੈਂ ਮਾੜਾ ਮਾੜਾ ਇੱਕ ਦੀ ਬਾਈਟ ਲੈਣੀ ਯਾਰ, ਐਡਾ ਵੱਡਾ ਤਾਂ ਉਂਝ ਵੀ ਤੁਹਾਡੇ ਕੋਲ ਨਹੀਂ ਖਾਧਾ, ਖਾਓ ਖਾਓ ਅੰਨਾ ਡੋਸਾ, ਡੋਸਾ ਪਲਾਜ਼ਾ ਵਾਲਿਆਂ ਦਾ, ਕੋਈ ਗੱਲ ਨਹੀਂ ਕੋਈ ਗੱਲ, ਤੈਨੂੰ ਨਹੀਂ ਮਿਲਿਆ ਕੋਈ ਫੈਨ, ਫਤਿਹ ਦੀ ਫੈਨ ਤੇ ਦੁਨੀਆ ਹੈ।
ਬੇਟਾ ਪਹਿਲਾਂ ਇੱਕ ਵਾਰੀ ਵਾਰੀ ਪਹਿਲਾਂ ਵੀਰੇ ਦੀ ਆਉਂਦੇ ਸਟੇਸ਼ਨਰੀ ਸਾਰੀ ਜੋ ਵੀ ਹੈ, ਫਿਰ ਉਦੋਂ ਬਾਅਦ ਤੁਹਾਡਾ ਨੰਬਰ। ਖੁਸ਼ ਹੋਣ, ਕਾਰਡ ਤਾਂ ਕਰਨਾ ਕੀ, ਪਹਿਲੇ ਕਿੱਥੇ ਗਏ ਜਿਹੜੇ ਉਧਰ ਮੰਗਾਏ ਸਨ, ਏਡਾ ਵੱਡਾ 400 ਦਾ ਮੰਗਾਇਆ ਸੀ, ਹੈਂ ਕੀ ਕਰਦਾ ਕੀ ਵੇਸਟ। ਸੀਰ ਤੋਂ ਹੋ ਗਿਆ ਤੇਰਾ ਸਟੇਸ਼ਨਰੀ, ਪਹਿਲਾਂ ਸਾਰੀ ਹੋ ਗਈ ਸੀ ਆਪਣੀ, ਹੈ ਨਾ, ਹੁਣ ਤਾਂ ਜਿਹੜੇ ਸਕੂਲ ਤੋਂ ਹੱਥ ਧੋਣ ਵਾਸਤੇ ਪਾਣੀ ਪੀਣ ਵਾਲਾ, ਨੋਟ ਹੱਥ ਧੋਣ ਵਾਲਾ। ਚਲੋ ਮਨਪ੍ਰੀਤ ਆਂਟੀ ਨੇ ਤੁਹਾਡੀ ਨੇ ਮੰਗਾ ਦਿੱਤਾ ਪੀਜ਼ਾ ਤੁਹਾਡੇ ਲਈ, ਉਹਦੇ ਲਵਾਉਣੇ ਸੀ ਨੇਲਸ, ਕਹਿੰਦਾ ਮੈਂ ਕਰਵਾ ਮੰਮਾ ਪੜ੍ਹ ਪੜ੍ਹ ਕੇ ਹੋਇਆ ਨਹੀਂ, ਅਨੰਦ ਵੀ ਖੁਸ਼ ਹੋ ਜਾਂਦੀ ਹੈ। ਸੀਰਤ ਵਰਗੀ ਗੂਗਲੋ ਮੰਗਲੋ ਤੋ ਤੁਸੀਂ ਨੇਲ ਸਵੈਗ ਬਾਏ ਮਨਪ੍ਰੀਤ, ਉਹ ਤੁਹਾਨੂੰ ਪਤਾ ਹੀ ਹੈ, ਅਤੇ ਅਨਹਦ ਦਾ ਵੀ ਪੇਜ ਹੈ। ਦੱਸੋ ਆਪਣਾ ਪੇਜ ਦਾ, ਦੱਸੋ ਕੀ ਨਾਮ ਜਲਦੀ, ਵੈਰੀ ਗੁੱਡ। ਇੰਸਟਾ 'ਤੇ ਕਿ ਯੂਟਿਊਬ 'ਤੇ? ਓ ਵੈਰੀ ਗੁੱਡ, ਕਿਆ ਬਾਤ ਹੈ। ਚਲੋ ਫਿਰ ਗਾਈਜ਼ ਇੱਕ ਵਾਰੀ ਚੈੱਕ ਕਰਿਓ ਗੁੜੀਆ ਦਾ ਅਕਾਊਂਟ, ਅਤੇ ਇਹਨੂੰ ਫੋਲੋ ਵੀ ਕਰਿਆ ਜੇ, ਅਤੇ ਲਾਈਕ ਜ਼ਰੂਰ ਕਰਨੇ ਨੇ, ਕਮੈਂਟ ਵੀ ਕਰਨੇ ਨੇ, ਜਾਂ ਗੂਗਲ ਮੁਗਲੀ ਜਾਂ ਕਾਕਾ ਸਾਡਾ ਛੋਟਾ ਜਿਹਾ। ਹੁਣ ਕੀ ਕਰਨ ਲੱਗੇ ਫਤਿਹ ਉਲਟੇ ਕੰਮ ਵੇਲਾ, ਕੀ ਕਰਨ ਕੀ ਲੱਗੇ ਹੁਣ? ਬੱਚੇ ਐਵੇਂ ਨਹੀਂ ਪੰਗੇ ਲਈਦੇ ਹੁੰਦੇ, ਆਂਟੀ ਦੇ ਮਸ਼ੀਨਾਂ ਨਾ ਖਰਾਬ ਕਰ ਦਿਆ ਜੇ। ਫਤਿਹ ਫੋਨ ਕਿਵੇਂ ਥੱਲੇ ਸੱਟਿਆ ਬਈ, ਆ ਕੀ ਚੱਕਰ ਹੈ ਵੀ? ਆ ਬੰਦੇ ਦੇ ਪੁੱਤ, ਉਹ ਤੁਹਾਡੀ ਨੂੰ ਅੱਜ ਤੇ ਭੈਣ ਦੀ ਸੇਵਾ ਕਰ ਰਿਹਾ ਫਤਿਹ ਬਈ। ਮੈਨੀਕਿਓਰ ਪੈਡੀਕਿਓਰ ਪਤਾ ਨਹੀਂ ਕੀ ਕੀ, ਪੈਰ ਸਾਫ ਕਰ ਰਿਹਾ, ਹੱਥ ਸਾਫ ਕਰ ਰਿਹਾ ਬਈ, ਕਮਾਲ ਕਰਤਾ ਫਤਿਹ ਬਈ ਅੱਜ ਤੇ, ਹੈਂ ਸ਼ਾਹ ਗਿਆ ਬਈ ਫਤਿਹ ਦੇ ਕਰਦਾ ਰਿਹਾ ਨਾ ਉਹਦੇ, ਨਹੀਂ ਤੇ ਉਹਨੇ ਐਵੇਂ ਨਹੀਂ ਕਰਨਾ। ਤੂੰ ਕੀ ਕਰਾਉਣ ਲੱਗੀ ਬੇਟਾ, ਜ਼ਰੂਰੀ ਸੀ ਲਵਾਉਣਾ? ਮੈਡਮ ਨੇ ਇੰਨੀ ਤਾਰੀਫ ਕੀਤੀ ਹੈ, ਕਹਿੰਦੇ ਨੇ ਵੀ ਮੁੰਡੇ ਨੇ ਕਮਾਲ ਕਰਤਾ। ਹਾਂਜੀ ਦਵਾਵਾਂਗੇ, ਤੂੰ ਰੋਜ਼ ਤੇ ਲੈਂਦਾ ਰਹਿੰਦਾ ਫਤਿਹ, ਜਾ ਦਾਦੀ ਕੋਲ ਆਸ਼ੀਰਵਾਦ ਲੈ। ਚੱਲ ਸੀਰਤ ਤੂੰ ਵੀ, ਤੁਹਾਡੀ ਪੋਤਰੀ ਨੇ ਵੀ ਵਧੀਆ ਨੰਬਰ ਆਏ ਜੇ, 85% ਕੁਛ ਪੁਆਇੰਟ ਨੇ। ਫਰੈਂਡਸ ਆ ਵਾਲੇ ਬੱਚੇ ਜਿਹੜੇ ਨੇ ਕੁਝ ਜ਼ਿਆਦਾ ਖੁਸ਼ ਨੇ, ਇਹਨਾਂ ਦੇ ਐਗਜ਼ਾਮਸ ਖਤਮ ਹੋ ਗਏ ਨੇ ਤੇ ਆਪਣੇ ਕੁਐਸਚਨ ਪੇਪਰ ਕਿਵੇਂ ਪਾੜ ਪਾੜ ਕੇ ਸੱਟਣ ਦਿਆ ਹੈ। ਓਏ ਚੀਕੀ, ਚੀਕੂ ਸਤਿ ਸ਼੍ਰੀ ਅਕਾਲ ਕਰ ਪਠਾ। ਫਰੈਂਡਸ ਹੁਣ ਅਸੀਂ ਆਪਣੇ ਸਾਰਾ ਮਿਲ ਜੋ ਪਰਸੈਂਟੇਜ ਹੈ ਉਹ ਮੈਂ ਆਪਣੀ ਕੈਲਕੂਲੇਟ ਕੀਤੀ ਅਤੇ ਮੇਰੀ ਆਈ ਹੈ 85.7%, ਅਤੇ ਕਾਫੀ ਅੱਛੀ ਹੈ। ਤੁਹਾਨੂੰ ਇੱਕ ਹੋਰ ਚੀਜ਼ ਵੀ ਵਿਖਾਉਂਦੀ ਹਾਂ, ਵਧੀਆ ਪਰਸੈਂਟੇਜ ਹੈ ਵੇਖੋ ਫਰੈਂਡਸ, ਹੋਰ ਅਗਲੇ ਨੈਕਸਟ ਈਅਰ ਹੋਰ ਵਧੀਆ ਹੋਏਗੀ। ਟਰਮ 1 ਦੇ ਵਿੱਚ ਵਰਕ ਐਜੂਕੇਸ਼ਨ ਆਰਟ ਐਜੂਕੇਸ਼ਨ ਹੈਲਥ ਐਜੂਕੇਸ਼ਨ ਦੇ ਵਿੱਚ ਸਾਰੇ ਵਿੱਚ ਏ ਗ੍ਰੇਡ, ਇਸ ਟਰਮ 2 ਵਿੱਚ ਵੀ ਸੇਮ, ਡਿਸਿਪਲਿਨ ਵਿੱਚ ਵੀ ਯਾਦ ਸੀ ਦੇ ਮਾਰਕਸ ਨੇ
ਵਧੀਆ ਫਤਿਹ ਫਤਿਹ ਦੀ ਵੀ ਵਧੀਆ ਪਰਸੈਂਟੇਜ ਇਹਦੇ ਪਰਸੈਂਟੇਜ ਨਹੀਂ ਹੁੰਦੀ ਫਤਿਹ ਦੀ ਗ੍ਰੇਡਸ ਹੁੰਦੀਆਂ ਨੇ ਸੋ ਫਤਿਹ 30 ਜ਼ਿਆਦਾ ਹੋ ਗਈ ਬਸ ਇਹ ਕੁਛ ਆ ਕੇ ਬਸ ਠੀਕ ਹੈ ਯਾਰ ਤੇਰੀ ਵਧੀਆ ਹੈ ਪਰਸੈਂਟੇਜ A+ 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 ਤੇ ਕੋ ਪਾ ਦੋ ਤੇ ਹੋਰ ਵੀ ਵਧੀਆ ਹੋ ਸਕਦੀ ਤੇਰੀ ਪਰਸੈਂਟੇਜ ਉੱਪਰ ਦਾ ਫਰੈਂਡਸ ਆ ਸੀ ਸਾਡੀ ਦੋਵਾਂ ਦੇ ਰਿਜ਼ਲਟ ਸਾਡੀ ਮੇਰੀ ਪਰਸੈਂਟੇਜ ਮਤਲਬ ਇਹਦੇ ਤੇ ਮਾਰਕਸ ਨਹੀਂ ਪਤਾ ਲੱਗੇ ਸਿਰਫ ਗ੍ਰੇਡਸ ਹਨ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਕੀ ਗ੍ਰੇਡਸ ਆਏ ਨੇ ਇਸ ਈਅਰ ਦੇ ਵਿੱਚ ਤੁਹਾਡਾ ਰਿਜ਼ਲਟ ਕਿਵੇਂ ਆ ਆਪਣੀ ਪਰਸੈਂਟੇਜ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਥੋੜ੍ਹੀ ਸੀ ਆਪਣੇ ਸਭ ਆਪਣਾ ਕਰਨੇ ਆ ਇੱਥੇ ਐਂਡ ਮਿਲਾਂਗੇ ਨੈਕਸਟ ਵੀਡੀਓ 'ਚ ਉਦੋਂ ਤੱਕ ਲਈ ਬਾਏ ਬਾਏ ਬਾਏ